हो गया लाइव। लो जी लाइव शुरू हो गया। तो 8 मई 2022 बठिंडे की नत्था सिंह वाली गली। एक शेर है, क्या पूछते हो हमारे कारोबार के बारे में, आईने बेचते हैं हम अंधों के शहर में। तुसी ये वेख लो के कित्थे तक गेट शहर दे खुले ने पर पट्टे नहीं। इस गली दे विच हुण ये गेट लगने शुरू हो गए। नाकामी किदी है, उहदे पिछे रीजन यही है मेरे वीर होनी। आ देख लो मेरे वीर होनी ला रहे आपां। चलो इन्हां दी तां ड्यूटी, इन्हां नूं तां दिहाड़ी लैणी है, इन्हां दा तां देखो इस गल नाल कोई लेका देका नहीं, पर फिर भी आपां इन्हां नाल थोड़ी जी गल कर लईए कि ये गेट है जिहड़ा, ये राह बंद है जिहड़ा ਉਹ ਕੀਤਾ ਜਾ ਰਿਹਾ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਗੁਰਜੰਟ ਸਿੰਘ ਹੈ ਜੀ। ਸਰਦਾਰ ਗੁਰਜੰਟ ਸਿੰਘ, ਇਹ ਗੇਟ ਲਾ ਰਹੇ ਹੋ? ਹਾਂਜੀ। ਕਿਹਦੇ ਵੱਲੋਂ, ਪ੍ਰਾਈਵੇਟ ਵੱਲੋਂ ਜਾਂ ਕਮੇਟੀ ਵੱਲੋਂ? ਇਹ ਪ੍ਰਾਈਵੇਟ ਹੀ ਹੈ ਜੀ। ਮਹੱਲੇ ਵੱਲੋਂ? ਮਹੱਲੇ ਵੱਲੋਂ। ਹਾਂਜੀ, ਮਹੱਲੇ ਵੱਲੋਂ। ਹਾਂਜੀ, ਪ੍ਰਾਈਵੇਟ ਹੀ ਹੋ ਗਿਆ। ਹਾਂਜੀ। ਤੇ ਕੋਈ ਪਰਮਿਸ਼ਨ ਵਗੈਰਾ ਆਪਾਂ ਇਹਦੀ ਗੇਟ ਦੀ ਹੈਗੀ ਆਪਣੇ ਕੋਲ? ਸਾਨੂੰ ਇਹਦੇ ਗੱਲ ਬਾਰੇ ਨਹੀਂ ਪਤਾ, ਅਸੀਂ ਤਾਂ ਗੇਟ ਲਾਉਣਾ ਹੈ ਤੇ ਬਸ ਸਾਨੂੰ ਤਾਂ ਦਿਹਾੜੀ ਦੇ ਲੈ ਕੇ ਆਏ, ਬਸ ਅਸਾਂ ਇੰਨਾ ਕੁ ਜਾਣਦੇ। ਕੌਣ ਲੈ ਕੇ ਆਇਆ? ਬਾਬੂ ਲੈ ਕੇ ਆਇਆ। ਕਿਹੜੇ ਬਾਬੂ ਜੀ? ਐ ਨਹੀਂ ਪਤਾ ਵੀ ਕੌਣ ਬਾਬੂ, ਕਿਹੜਾ ਬਾਬੂ ਆ? ਨਾਂ ਤਾਂ ਮੈਨੂੰ ਨਹੀਂ ਪਤਾ ਇਹਨਾਂ ਦਾ। ਨਾਂ ਨਹੀਂ ਪਤਾ ਮੈਨੂੰ ਸਰ। ਦੇਖੋ ਤੁਸੀਂ ਹੁਣ ਇੱਕ ਮਿੰਟ ਆਹ ਦੇਖ ਲਓ, ਇਹ ਬੱਚੇ ਨੇ ਇੱਥੋਂ, ਇਹ ਬੇਟਾ ਕੀ ਇੱਧਰ ਆ ਜਾਓ 2 ਮਿੰਟ। ਕੀ ਨਾਮ ਬੇਟਾ ਤੁਹਾਡਾ? ਗੌਤਮ। ਕਿੱਧਰੋਂ ਆਏ ਹੋ? ਉਹ ਦੁਕਾਨ ਤੋਂ ਆਏ ਹਾਂ, ਗੋਸ਼ਰ। ਕਿੱਧਰ ਚੱਲੇ ਹੋ? ਪੈਟਰੋਲ ਪਵਾਉਣ। ਇੱਥੇ ਕੀ ਰੁਕ ਗਏ, ਇੱਟਾਂ ਪਾਸੇ ਕੀਤੀ? ਹਾਂਜੀ, ਮੈਂ ਕਿਹਾ ਰਸਤਾ ਫਿਰ ਰੁਕਿਆ ਪਿਆ ਨਾ, ਤਾਂ ਰਸਤਾ ਰੁਕਿਆ ਪਿਆ ਕਿਉਂਕਿ ਇੱਥੇ ਇੱਟਾਂ ਪਈਆਂ ਸੀ। ਨੌਜਵਾਨ ਮੁੰਡਾ, ਉਹਨੇ ਕਿਹਾ ਚਲੋ ਠੀਕ ਹੈ ਬੇਟਾ ਤੁਸੀਂ ਜਾ ਸਕਦੇ ਹੋ। ਇਹ ਹਾਲਾਤ ਜਿਹੜੇ ਨੇ, ਨਾਕਾਮੀ ਸ਼ੋਅ ਕਰਦੀ ਹੈ ਇਹ ਪ੍ਰਸ਼ਾਸਨ ਦੀ, ਕਿ ਲਾਤੇ ਸੀ ਹੈ ਨਾ ਉਹ ਲੱਗ ਗਏ, ਗੇਟ ਲੱਗ ਗਏ, ਗੇਟਾਂ ਦੇ ਉੱਤੇ ਉਹ ਲਾਤੀਆਂ ਜੀ, ਕੀ ਕਹਿੰਦੇ ਹੁੰਦੇ ਆ ਸੂਚਨਾ, ਨਹੀਂ ਪਾਣੀ, ਥੈਂਕ ਯੂ ਬ੍ਰਦਰ, ਤੁਸੀਂ ਪੀਓ। ਉਹ ਲਾਤੇ ਸੀ ਵੀ ਇਹ ਗੇਟ ਜਿਹੜੇ ਨੇ ਪੱਟੋ ਜੀ, ਖੋਲ੍ਹੋ ਜੀ, ਇਹ ਹੋਰ ਲੱਗ ਰਹੇ ਮੇਰੇ ਵੀਰ, ਫਿਰ ਇਹਨਾਂ ਦੇ ਉੱਤੇ ਲੱਗ ਜਾਣਗੇ। ਇਹ ਤੁਸੀਂ ਦੇਖ ਰਹੇ ਹੋ 8 ਤਰੀਕ 8 ਮਈ, ਅਤੇ ਹਲੇ 11:00 ਅਤੇ ਮੇਰਾ ਖਿਆਲ 20-25 ਮਿੰਟ ਹੋਏ ਨੇ ਮੇਰੇ ਵੀਰ। ਅਤੇ ਇਹ ਤੁਸੀਂ ਦੇਖ ਲਓ ਇੱਕ, ਹਾਂਜੀ ਗੇਟ ਲਾ ਰਹੇ ਨੇ, ਅਤੇ ਹੁਣ ਮੈਂ ਤਾਂ ਹੀ ਕਰਾਂ ਵੀ ਪਹਿਲਾਂ ਗੇਟ ਖੁਲਵਾਏ ਨੇ ਜੀ, ਤੁਹਾਨੂੰ ਪਤਾ ਲਾਈਵ ਚੱਲਦਾ ਪਿਆ, ਅਤੇ ਕੀ ਲੱਗਦਾ ਗੇਟ ਸਹੀ ਹੈ? ਦੇਖੋ ਜੀ, ਸਹੀ ਹੈ ਅਤੇ ਸਹੀ ਵੀ ਨਹੀਂ ਹੈ ਜੀ, ਸਹੀ ਹੈ ਜੀ, ਸਹੀ ਹੈ ਅਤੇ ਸਹੀ ਵੀ ਨਹੀਂ ਜੀ। ਸਹੀ ਕਿਉਂ ਹੈ? ਸਹੀ ਇਹ ਹੈ ਵੀ ਮਤਲਬ ਵੀ ਚਲੋ ਜਿਵੇਂ ਆਹ ਪਿੱਛੇ ਮਹੱਲੇ ਵਾਲੇ ਬੈਠੇ ਜੀ, ਹਰ ਬੰਦੇ ਨੂੰ ਸੇਫਟੀ ਹੁੰਦੀ ਹੈ, ਅਤੇ ਜੇ ਇੱਕ ਬਾਕੀ ਦਿਨ ਵੇਲੇ ਐਂ ਹੁੰਦਾ ਵੀ ਜਿਵੇਂ ਇੱਥੇ ਲੰਘਣਾ ਟੱਪਾ, ਹਰੇਕ ਨੂੰ ਪਰੇਸ਼ਾਨੀ ਵੀ ਹੈਗੀ ਕਿਸੇ ਨੂੰ ਜੀ। ਹਾਂ, ਸਹੀ ਕਿਵੇਂ ਨਾ, ਸਹੀ ਕਿਵੇਂ, ਸਹੀ ਕਿਸ ਤਰ੍ਹਾਂ ਜੀ? ਤੁਸੀਂ ਕਹਿੰਦੇ ਵੀ ਚਲੋ ਸੇਫਟੀ ਚਾਹੀਦੀ ਹੈ, ਗੇਟਾਂ ਨਾਲ ਸੇਫਟੀ ਹੋ ਜਾਂਦੀ, ਰਾਤ ਨੂੰ ਹੋ ਜਾਂਦੀ, ਚਲੋ ਰਾਤ ਨੂੰ ਵਾਲਾ ਬੇਫਿਕਰ ਹੋ ਜਾਂਦਾ, ਥੋੜ੍ਹਾ ਵੇਲੇ ਕੋਲ ਬਾਹਰਲਾ ਬੰਦਾ ਅੰਦਰ ਇੰਟਰ ਨਹੀਂ ਹੋ ਸਕਦਾ ਜੀ। ਜੇ ਕੋਈ ਖੁਦਾ ਨਾ ਖਾਸਤਾ ਕਿਸੇ ਵੀ ਮਹੱਲੇ 'ਚ ਜਿੱਥੇ ਗੇਟ ਲੱਗੇ ਆ ਉੱਥੇ ਅਨਹੋਣੀ ਹੋ ਜਾਵੇ, ਬਾਹਰਲਾ ਬੰਦਾ ਕਿੱਦਾਂ ਆਏਗਾ? ਇਹ ਦੇਖੋ ਜੀ, ਹੁਣ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਜੀ। ਇਹੀ ਗੱਲ ਹੈ। ਇੱਕ ਮਿੰਟ ਹੋਲਡ ਰੱਖਿਓ ਮੇਰੇ ਵੀਰ, ਕਿਸੇ ਦਾ ਫੋਨ ਆ ਰਿਹਾ। ਹੈਲੋ, ਮੈਂ ਬਾਈ ਲਾਈਵ ਆ, ਕੋਈ ਖਾਸ ਗੱਲ ਹੈ ਤਾਂ ਦੱਸੋ। ਆਪਾਂ ਸਪੀਕਰ ਔਨ ਕਰ ਲਈਏ ਫਿਰ, ਮੈਂ ਲਾਈਵ ਹਾਂ। ਇੱਕ ਮਿੰਟ ਹੋਲਡ ਰੱਖੋ। ਹਾਂਜੀ ਬ੍ਰਦਰ, ਮੈਂ ਹੁਣ, ਤੁਸੀਂ ਫੇਸਬੁੱਕ ਤੇ ਲਾਈਵ ਹੋ। ਸਰਦਾਰ ਨੱਥਾ ਸਿੰਘ ਨੰਬਰ ਦਾ ਲੜੀ ਕਰੀ ਹੈ, ਉਹਦੇ ਵਿੱਚ ਭਾਜੀ ਜਦੋਂ ਸਰਕਾਰ ਨੇ ਨਾ ਕਰਕੇ ਤੇ ਗੇਟ ਲੱਗ ਰਿਹਾ ਹੈਗਾ। ਹਾਂਜੀ, ਮੈਂ ਫਿਰ ਕਰੋ ਜੀ, ਉਹਨਾਂ ਨੂੰ ਚਕੰਨੇ ਜਾ ਕੇ ਵੀ ਭਾਈ ਲਾ ਨਹੀਂ ਸਕਦੇ, ਬੰਦ ਕਰੋ। ਮੈਂ ਸਰ ਫੇਸਬੁੱਕ ਤੇ ਲਾਈਵ ਹਾਂ, ਤੁਹਾਡੇ ਨਾਲ ਲਾਈਵ ਹਾਂ ਹੁਣ ਇਸ ਟਾਈਮ ਫੇਸਬੁੱਕ ਤੇ, ਤੁਸੀਂ ਦੇਖ ਸਕਦੇ ਹੋ। ਕੌਣ ਸਾਹਿਬ ਬੋਲ ਰਹੇ ਹੋ? ਮੈਂ ਟੇਕ ਸਿੰਘ ਬੋਲ ਰਿਹਾ ਜੀ। ਕਿੱਥੋਂ ਬ੍ਰਦਰ? ਸਿਵਲ ਲਾਈਨ ਚੋਂ ਜੀ। ਅੱਛਾ, ਹਾਂ ਬਿਲਕੁਲ, ਸਰਦਾਰ ਟੇਕ ਸਿੰਘ ਜੀ, ਮੈਂ ਉੱਥੇ ਖੜਾ ਗੇਟ ਦੇ ਕੋਲ ਹੀ, ਤੇ ਮੈਂ ਉਹੀ ਦਿਖਾ ਰਿਹਾ ਕਿ ਇਹ ਗੇਟ ਲੱਗ ਰਿਹਾ ਤੇ ਪ੍ਰਸ਼ਾਸਨ ਸੁੱਤਾ ਪਿਆ, ਬਸ ਮੈਂ ਸਿਰਫ ਤੇ ਸਿਰਫ ਜੀ ਜੀ ਜੀ। ਹੁਣ ਤੁਸੀਂ ਇਹ ਦੇਖ ਲਓ ਕਿੱਥੇ ਆ ਪ੍ਰਸ਼ਾਸਨ, ਆ ਤੁਸੀਂ ਵੇਖ ਲਓ ਕਮੇਟੀ ਦੀ ਥਾਂ ਦੇ ਵਿੱਚ। ਹਾਂਜੀ ਹਾਂਜੀ ਬ੍ਰਦਰ, ਹਾਂਜੀ ਪਲੀਜ਼। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਰ ਲਾਈਵ ਆ ਰਹੇ ਹੋ ਤੁਸੀਂ? ਜੀ ਮੈਂ ਬਿਲਕੁਲ ਲਾਈਵ ਹਾਂ ਬ੍ਰਦਰ, ਤੇ ਮੈਂ ਦਿਖਾ ਰਿਹਾ ਕਿ ਇੱਥੇ ਨੱਥਾ ਸਿੰਘ ਵਾਲੀ ਗਲੀ ਦੇ ਵਿੱਚ ਇੱਥੇ ਇਹ ਗੇਟ ਲੱਗ ਰਹੇ ਨੇ ਤੇ ਪ੍ਰਸ਼ਾਸਨ ਸੁੱਤਾ ਪਿਆ। ਅੱਛਾ, ਤੇ ਆਈਏ ਸੀ ਫਿਰ? ਮਾਲਕ ਹੋ ਜੀ, ਮੈਨੂੰ ਪਤਾ ਨਹੀਂ ਤੁਸੀਂ ਕੌਣ, ਆਉਣਾ ਚਾਹੁੰਦੇ ਆ ਜਾਓ। ਆ ਜਾਂਦੇ। ਠੀਕ ਹੈ ਜੀ।
ਇਹ ਮੇਰੇ ਵੀਰ ਫੋਨ ਆਇਆ ਸੀਗਾ ਮੈਨੂੰ ਨਹੀਂ ਪਤਾ ਕੌਣ ਨੇ ਲੋਕ ਪਰ ਉਹ ਕਹਿੰਦੇ ਵੀ ਅਸੀਂ ਆਈਏ ਇਸ ਕਰਕੇ ਮੈਂ ਕਿਹਾ ਵੀ ਮੈਂ ਤੁਹਾਨੂੰ ਦਿਖਾ ਦਿਆਂ ਇਹ ਕਿਉਂਕਿ ਇਹ ਗਲੀ ਅੱਗੇ ਜਾ ਕੇ ਪਰਲੇ ਪਾਸੇ ਵੀ ਖੁੱਲਦੀ ਹੈ ਜੀ ਉਹ ਜਿਹੜੀ ਮਾਤਾ ਰਾਣੀ ਗਲੀ ਦੇ ਜਸਟ ਬਾਹਰ ਹੈ ਨਾ ਉਹ ਮੈਣਾ ਚੌਂਕ ਨੂੰ ਮਿਲਦੀ ਹੈ ਆਹ ਜਿਹੜੀ ਗਲੀ ਹੈ ਇਹ ਇਸ ਰੋਡ 'ਤੇ ਜੁੜ ਜਾਂਦੀ ਜਿਹੜੀ ਸਾਡੀ ਮੇਨ ਬੱਸ ਸਟੈਂਡ ਵਾਲੀ ਗਲੀ ਹੈ ਇਸ ਤੋਂ ਬਾਅਦ ਆਹ ਗਲੀ ਹੈ ਤੁਸੀਂ ਦੇਖ ਲਓ ਤੁਹਾਨੂੰ ਮੈਂ ਦਿਖਾ ਦਿਆਂ ਇਹ ਗਲੀ ਉਸ ਉੱਥੋਂ ਨਾ ਲੈਫਟ ਟਰਨ ਕਰ ਜਾਂਦੀ ਹੈ ਜਿਹੜਾ ਉਹ ਐਸ ਬੀ ਆਈ ਆਫ ਬੈਂਕ ਹੈ ਉਹਦੇ ਨਾਲ ਜਿਹੜੀ ਨਿਕਲਦੀ ਹੈ ਇਹ ਬਠਿੰਡੇ ਦੀ ਵਿੱਚ ਇਹ ਹੋ ਰਿਹਾ ਕਿ ਪ੍ਰਸ਼ਾਸਨ ਹੈ ਜਿਹੜਾ ਕਮੇਟੀ ਹੈ ਜਿਹੜੀ ਫਾਰਮੈਲਿਟੀ ਮੈਂ ਤਾਂ ਕਹੂੰਗਾ ਮੇਰੇ ਵੀਰ ਇਹ ਫਾਰਮੈਲਿਟੀਜ਼ ਹੀ ਹੁੰਦੀਆਂ ਗੇਟ ਖੁਲਵਾ ਤੇ ਜੇ ਤੁਸੀਂ ਕੰਮ ਪੂਰਾ ਕਰਨਾ ਸੀ ਤਾਂ ਮੇਰੇ ਵੀਰ ਪਟਾ ਵੀ ਦਿੰਦੇ ਹੈ ਨਾ ਇਸ ਕਰਕੇ ਹਰ ਬੰਦੇ ਨੂੰ ਸੇਫਟੀ ਦੀ ਲੋੜ ਹੈ ਮੈਂ ਇਹੀ ਕਹਿੰਦਾ ਮੰਨ ਲਓ ਚਲੋ ਇੱਥੇ ਸਾਡੇ ਜਿੰਨੇ ਭਰਾ ਭੈਣਾਂ ਰਹਿੰਦੇ ਨੇ ਉਹਨਾਂ ਨੂੰ ਸੇਫਟੀ ਦੀ ਲੋੜ ਹੈ ਰੱਬ ਨਾ ਕਰੇ ਰਾਤ ਨੂੰ ਕੋਈ 19-21 ਇਸੇ ਮੁਹੱਲੇ 'ਚ ਹੋ ਜਾਂਦੀ ਹੈ ਗੇਟ ਬੰਦ ਨੇ ਬਾਹਰੋਂ ਕਿਸੇ ਨੇ ਆਉਣਾ ਕਿੱਦਾਂ ਕੋਈ ਆਏਗਾ ਇਸ ਗੱਲ ਦੀ ਕੋਈ ਹੈ ਕਿਸੇ ਨੂੰ ਤੁਸੀਂ ਆਪਣਾ ਕੰਮ ਕਰ ਸਕਦੇ ਵੀਰੇ ਵੀਰ ਤੁਸੀਂ ਨਾ ਇਹ ਸੋਚੋ ਵੀ ਮੈਂ ਤੁਹਾਨੂੰ ਰੋਕਿਆ ਮੇਰਾ ਕੰਮ ਮੇਰੇ ਵੀਰ ਖਬਰ ਕਰਨਾ ਅਤੇ ਤੁਸੀਂ ਮੈਂ ਹਾਂਜੀ ਮੈਂ ਇਹ ਕਹਿੰਦਾ ਮੈਂ ਤੁਹਾਡੀ ਦਿਹਾੜੀ ਵੀ ਨਹੀਂ ਮਾਰਨੀ ਮੇਰੇ ਵੀਰ ਠੀਕ ਹੈ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਮੇਰੇ ਵੀਰ ਕਿਉਂਕਿ ਨਾ ਮੇਰੇ ਕੋਲ ਅਧਿਕਾਰ ਹੈ ਕਿ ਮੈਂ ਕਿਸੇ ਨੂੰ ਰੋਕਾਂ ਮੇਰੇ ਕੋਲ ਜਿੰਨਾ ਅਧਿਕਾਰ ਹੈ ਮੈਂ ਉਹ ਯੂਜ਼ ਕਰਾਂ ਕਿ ਮੇਰੇ ਕੋਲ ਇੰਨਾ ਅਧਿਕਾਰ ਹੈ ਕਿ ਅਸੀਂ ਇੱਥੇ ਗੇਟ ਲੱਗ ਰਿਹਾ ਅਤੇ ਮੈਂ ਤੁਹਾਨੂੰ ਉਹ ਦਿਖਾ ਦਿਆਂ ਵੀ ਮੇਰੇ ਵੀਰ ਇੱਥੇ ਨੱਥਾ ਸਿੰਘ ਵਾਲੀ ਗਲੀ 'ਚ ਇਹ ਲੈ ਗੇਟ ਲੱਗ ਰਿਹਾ ਬਸ ਇੰਨਾ ਕੋਈ ਹੈ ਅਤੇ ਹਾਲੇ ਤੱਕ ਤੁਸੀਂ ਇਹ ਵੇਖ ਲਓ ਵੀ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਛੁੱਟੀ ਹੈ ਛੁੱਟੀ ਵਾਲੇ ਦਿਨ ਜੋ ਮਰਜ਼ੀ ਕਰ ਲਓ ਸਿੰਘ ਸਾਹਿਬ ਨੇ ਆਪਾਂ ਇਹਨਾਂ ਨਾਲ ਇੱਕ ਮਿੰਟ ਗੱਲ ਕਰ ਸਕਦੇ ਸਿੰਘ ਸਾਹਿਬ ਆਪਾਂ ਇਸੇ ਗਲੀ 'ਚ ਰਹਿੰਦੇ ਹੋ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਕੁਲਦੀਪ ਸਿੰਘ ਸਿੰਘ ਸਾਹਿਬ ਇਹ ਗੇਟ ਲੱਗ ਰਿਹਾ ਠੀਕ ਹੈ ਇਹ ਤਾਂ ਖੁੱਲ੍ਹਣੀ ਨਹੀਂ ਬਾਬਾ ਬੰਦ ਹੀ ਰਹਿਣੇਗਾ ਜਰਾ ਬਿਲਕੁਲ ਹੀ ਬਸ ਇਹਦੇ ਨਾਲ ਲਾਤਾ ਪਰ ਲੋੜ ਹੈ ਨਹੀਂ ਇਹਦੀ ਕੋਈ ਇਹ ਨਾ ਇਹਨੂੰ ਬੰਦ ਕਰਨਾ ਫਿਰ ਲਾਉਣ ਦੀ ਲੋੜ ਕੀ ਹੈ ਸਰ ਜੇ ਬੰਦ ਨਹੀਂ ਕਰਨਾ ਉਹ ਪਿਆ ਸੀ ਲਾਤਾ ਬਸ ਹੁਣ ਬਸ ਹੋਰ ਨਹੀਂ ਇਹ ਤਾਂ ਕੋਈ ਪਿਆ ਦੇਖੋ ਆਪਾਂ ਸਾਈਜ਼ ਦਾ ਬਣਵਾਇਆ ਹੋਣਾ ਨਾ ਆਈ ਦਿੰਦੇ ਇਹਨਾਂ ਲੋੜ ਹੀ ਨਹੀਂ ਕੋਈ ਸਰ ਮੈਂ ਤਾਂ ਮੇਰਾ ਕੰਮ ਇਹ ਹੈ ਖਬਰ ਕਰਨ ਦਾ ਵੀ ਜੇ ਪਿਆ ਮਤਲਬ ਆਪਾਂ ਸਪੈਸ਼ਲ ਬਣਵਾਇਆ ਹੋਣਾ ਸਰ ਪਹਿਲਾਂ ਲਾਇਆ ਸੀਗਾ ਜਦੋਂ ਲੱਗੇ ਸੀਗੇ ਉਸ ਤੋਂ ਬਾਅਦ ਬੰਦ ਕਰਤਾ ਇਹ ਬਸ ਫਿਰ ਲੱਗ ਰਿਹਾ ਸਰ ਨਹੀਂ ਨਹੀਂ ਹੁਣ ਨਹੀਂ ਕੁਛ ਵੀ ਚਲੋ ਠੀਕ ਹੈ ਸਿੰਘ ਸਾਹਿਬ ਦਾ ਇਹ ਕਹਿਣਾ ਕਿ ਇੱਥੇ ਇਹ ਗੇਟ ਪਿਆ ਸੀ ਇਸ ਕਰਕੇ ਅਸੀਂ ਲਾ ਰਹੇ ਹਾਂ ਪਿਆ ਬਹੁਤ ਕੁਛ ਹੁੰਦਾ ਜ਼ਰੂਰੀ ਨਹੀਂ ਵੀ ਹਰ ਚੀਜ਼ ਕੰਮ ਦੀ ਹੁੰਦੀ ਹੈ ਤਾਂ ਉਹਨੂੰ ਅਸੀਂ ਉਸ ਤਰੀਕੇ ਨਾਲ ਯੂਜ਼ ਕਰਿਆ ਇਹ ਗੇਟ ਹਾਂਜੀ ਹਾਂਜੀ ਸਰ ਮੈਂ ਨਹੀਂ ਰੋਕਿਆ ਤੁਹਾਨੂੰ ਮੇਰੇ ਕੋਲ ਕੋਈ ਰਾਈਟ ਨਹੀਂ ਮੈਂ ਪਲੀਜ਼ ਤੁਸੀਂ ਕਰੋ ਮੈਂ ਕੌਣ ਹੁੰਦਾ ਸਰ ਮੇਰਾ ਕੰਮ ਸਿਰਫ ਸਰ ਖਬਰ ਕਰਨਾ ਹੈ ਗੱਲ ਸਮਝੇ ਨਾ ਤੁਸੀਂ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਮੇਰੇ ਵੀਰ ਵੀ ਜਿਹੜੀ ਉਹ ਲੱਗਣ ਦੇ ਰਹੀ ਹੈ ਮੈਨੂੰ ਨੈਵਰ ਸਰ ਨਹੀਂ 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 ਪਲੀਜ਼ ਤੁਸੀਂ ਆਰਾਮ ਨਾਲ ਕਰੋ ਆਪਣਾ ਕੰਮ ਮੈਂ ਤਾਂ ਤੁਹਾਨੂੰ ਉਹੀ ਕਹਿ ਰਿਹਾ ਨਾ ਕਿ ਅਸੀਂ ਇਹ ਮੈਂ ਤਾਂ ਇਹ ਦਿਖਾਉਣਾ ਹੁੰਦਾ ਕਿ ਗੇਟ ਲੱਗੇ ਨੇ ਕੋਈ ਧਿਆਨ ਨਹੀਂ ਕੋਈ ਧਿਆਨ ਇਸ ਕਰਕੇ ਤੁਸੀਂ ਇਹ ਵੇਖ ਲਓ ਇਹਨਾਂ ਦਾ ਮੈਨੂੰ ਲੱਗਦਾ ਕੋਈ ਬੰਦਾ ਨਹੀਂ ਆਇਆ ਅਸੀਂ ਬਦਲਾਅ ਯਾਰ ਮੇਨ ਗੱਲ ਇਹ ਹੈ ਅਸੀਂ ਬਦਲਾਅ ਦੀ ਗੱਲ ਕਰਦੇ ਹਾਂ ਸਰਕਾਰਾਂ ਕੀ ਕਰਨਗੀਆਂ ਉਹਦੇ 'ਚ ਕਰਨਗੀਆਂ ਕੁਛ ਜਦੋਂ ਅਸੀਂ ਆਪ ਬਦਲਾਅ ਨਹੀਂ ਪਾਲਦੇ ਜਿਵੇਂ ਕੱਲ੍ਹ ਉੱਥੇ ਜੋਗਾ ਸਿੰਘ ਨਗਰ ਦੀ ਸੀਗੇ ਰੌਲਾ ਸਿਰਫ ਨਾਮ ਨੂੰ ਲੈ ਕੇ ਹੈ ਨਾ ਉੱਥੇ ਅਸੀਂ ਈਗੋ ਪਾਲੀ ਬੈਠੇ ਹਾਂ ਕੋਈ ਬੰਦਾ ਕਹਿੰਦਾ ਜੋਗਾ ਸਿੰਘ ਨਗਰ ਹੋਣਾ ਚਾਹੀਦਾ ਕੋਈ ਕਹਿੰਦਾ ਭਾਈ ਜੋਗਾ ਸਿੰਘ ਨਗਰ ਹੋਣਾ ਚਾਹੀਦਾ ਉੱਥੇ ਕਮੇਟੀ ਵਾਲੇ ਉਸ ਵੇਲੇ ਬੋਰਡ ਲਾਉਣ ਚਲੇ ਗਏ ਅਤੇ ਇਹ ਹੁਣ ਲਾਈਵ ਚੱਲ ਰਿਹਾ ਅਫਸਰ ਵੀ ਦੇਖਦੇ ਹੋਣਗੇ ਕਮੇਟੀ ਵੀ ਦੇਖਦੀ ਹੋਣੀ ਹੈ ਹੋਰ ਲੋਕ ਵੀ ਦੇਖਦੇ ਹੋਣਗੇ ਅਤੇ ਤੁਹਾਨੂੰ ਮੈਂ ਇਹ ਵੀ ਜਾਣਕਾਰੀ ਦੇ ਦਿਆਂ ਕਿ ਇਹਦੀ ਮੈਂ ਅਫਸਰਾਂ ਨੂੰ ਜਾਣਕਾਰੀ ਪਹਿਲਾਂ ਦੇ ਚੁੱਕਿਆ ਕਿ ਗੇਟ ਇੱਥੇ ਲੱਗ ਰਿਹਾ ਅਤੇ ਹਾਲੇ ਤੱਕ ਆਇਆ ਨਹੀਂ ਘੱਟੋ ਘੱਟ ਡੇਢ ਘੰਟਾ ਹੋ ਗਿਆ ਇਹ ਜ਼ਿੰਮੇਵਾਰੀਆਂ ਨੇ ਊਂ ਸ਼ਹਿਰ ਨੂੰ ਸੋਹਣਾ ਬਣਾਉਣਾ ਲੋਕਾਂ ਦੀਆਂ ਰੇਹੜੀਆਂ ਚੱਕਣੀਆਂ ਗਰੀਬ ਲੋਕਾਂ ਦੀਆਂ ਉਸ ਨਾਲ ਸ਼ਹਿਰ ਸੋਹਣਾ ਬਣ ਜਾਏਗਾ ਇਹ ਹੋ ਰਿਹਾ ਇਹ ਇਨਫੋਰਮ ਕੀਤਾ ਅਤੇ ਹਾਲੇ ਤੱਕ ਕੋਈ ਆਇਆ ਨਹੀਂ ਇਸ ਕਰਕੇ ਮੇਰੇ ਵੀਰ ਮੇਰੀ ਡਿਊਟੀ ਬਣਦੀ ਹੈ ਕਿ ਇਹ ਮੈਂ ਥੋੜ੍ਹਾ ਜਿਹਾ ਸੁਚੇਤ ਕਰਦਿਆਂ ਕਿ ਮੇਰੇ ਵੀਰ ਇਹ ਡਿਊਟੀਆਂ ਹੋ ਰਹੀਆਂ ਨੇ ਇਹ ਸਾਂਭ ਸੰਭਾਲ ਹੋ ਰਹੀ ਹੈ
ये गेट लग रहे ने ते प्रशासन कमेटी वाले अखां मूंद के बैठे है। हुण ऐ करो, चलो इत्थे दो रेहड़ियां लवा दिओ, ठीक है भी जी, लो जी इत्थे सब्जी की रेहड़ी लग गई, इत्थे फ्रूट की रेहड़ी लग गई, नाल दी नाल सारा अमला आ जाऊगा चक्कण रेहड़ियां, क्योंकि वह गरीब लोग ने, उन्हां दी कोई सुनवाई नहीं। पर ये वेख लो तुसी हुण वो रिक्शा वाला खड़ा, उन्हें इतों टपना, भाई जी एक मिनट उन्हां नूं टपा दिओ, वह गरीब आदमी उन्हें टपा दिओ, हुण ये जिहड़े राह बंद हो रहे ने तुसी मैनूं दसो, प्लीज़ इन्हां नूं तखला दिओ ना, तुसी अपना काम करो। हुण जिहड़े लोग आ रहे ने या तो परले पासे उन्नी तर लिख के लाओ भी इधर गेट लग रहा, तो तुसी इधर दी ना आओ जी। नहीं नहीं महाराज, ये देखो तुसी, ये हुण ये मैं खड़ा सी, रिक्वेस्ट कर ली, बेनती कर ली भी भाई जी प्लीज़ इन्हां नूं टप लैन दिओ, पर गरीब आदमी। हुण तुसी यही देख लो आ रिक्शा वाला, होर लोग भी इत्थों आणगे, है ना, ये सत श्री अकाल ब्रदर। हुण तुसी देखो किन्ना किन्नी जगह रोकी गई है, ये सर घट्टो घट्ट 2-2.5 फुट है ना, ये इत्थों सड़क रुकी है क्योंकि ट्रैफिक है ना, घट्टो घट्ट 5-7 इंच उधरों ला लो, ये कित्थे है प्रशासन जे देख रहा है, तक मैं तो देख रहा कि मैं तो इनफॉर्म भी किया कि मेरे वीर गेट लग रहा, पर हले तक कोई आया नहीं। संडे छुट्टी मनानी है मेरे वीर, जिम्मेवारी इन्हों टप लैन दो जी। ये हाल है मेरे बठिंडे शहर के, गेट हुण तुसी देखो इन्हों कढ़ना किड्डा औखा हो रहा, ए